ਕੱਲ੍ਹ ਇੱਕ ਅਖਬਾਰ ਦੇ ਵਿੱਚ ਹਿੰਦੀ ਅਖਬਾਰ ਦੇ ਵਿੱਚ ਖਬਰ ਲੱਗੀ ਹੈਗੀ, ਉਹ ਖਾਸੀ ਪ੍ਰਚਲਿਤ ਵੀ ਖਾਸੀ ਹੋਈ ਹੈ ਅਤੇ ਕਿਸਾਨਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਹੜੇ ਘੱਟ ਚੇਤਨ ਨੇ ਉਹਦੇ ਵਿੱਚ ਦਹਿਸ਼ਤ ਪੈਦਾ ਕੀਤੀ ਆ ਉਹਨੇ। ਜੇ ਉਹ ਖਬਰ ਸੱਚੀ ਹੈ ਤਾਂ ਬਹੁਤ ਗੰਭੀਰ ਖਬਰ ਹੈ, ਸਾਨੂੰ ਗੰਭੀਰਤਾ ਨਾਲ ਲੀਡਰਸ਼ਿਪ ਨੂੰ ਸੋਚਣਾ ਪਊਗਾ। ਜੇ ਖਬਰ ਮਤਲਬ ਊਂ ਹੈਗੀ, ਜੇ ਕਹਦੀ ਆ ਵੀ ਗੰਭੀਰ ਨਹੀਂ ਹੈਗੀ, ਤਾਂ ਇਹੋ ਜਿਹੀ ਖਬਰ ਆਉਣਾ ਤਾਂ ਲੋਕਾਂ 'ਚ ਇੱਕ ਦਹਿਸ਼ਤ ਪੈਦਾ ਕਰਨਾ। ਇਸ ਗੱਲ ਦਾ ਅਖਬਾਰ ਵਾਲਿਆਂ ਨੂੰ, ਖਬਰ ਲਾਉਣ ਵਾਲਿਆਂ ਨੂੰ ਅਤੇ ਸਰਕਾਰ ਨੂੰ, ਪ੍ਰਸ਼ਾਸਨ ਨੂੰ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ। ਜੇ ਇਸ ਗੱਲ 'ਤੇ ਹੈਗਾ ਅਸੀਂ ਪੂਰਾ ਜੇ ਭਾਰਤ ਦੇ ਕਿਸਾਨ ਆਪਦੇ ਘਰਾਂ 'ਚੋਂ ਮੱਥ ਕੇ ਹਾਂ, ਜਿੰਨਾ ਚਿਰ ਸਰਕਾਰ 'ਤੇ ਕਾਨੂੰਨ ਨੇ ਮਤਲਬ ਵਾਪਸ ਲਊਗੀ ਤਾਂ ਸਾਡੀਆਂ ਮੰਗਾਂ ਨੇ ਮੈਨੂੰ, ਸਾਡੀਆਂ ਡੈੱਡ ਬੋਡੀਆਂ ਜਾ ਸਕਦੀਆਂ, ਅਸੀਂ ਵਾਪਸ ਨਹੀਂ ਜਾਵਾਂਗੇ। ਪਰ ਕੱਲ੍ਹ ਦੀ ਸਾਡੀ ਲੀਡਰਸ਼ਿਪ, ਸਾਡੇ ਕਿਸਾਨ ਅਸੀਂ ਬਹੁਤ ਗੰਭੀਰਤਾ ਨਾਲ ਸੋਚ ਰਹੇ ਹਾਂ। ਅੱਜ ਫਿਰ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਅਤੇ ਮੋਦੀ ਨੂੰ ਮੈਂ ਅਤੇ ਖੱਟਰ ਸਰਕਾਰ ਨੂੰ ਦੁਬਾਰੇ ਚੇਤਾਵਨੀ ਦਿੰਦਾ, ਐਵੇਂ ਨਾ ਪੰਗਾ ਲੈ ਲਏ। ਇਹ ਕੋਈ ਇੱਕ ਸਟੇਟ ਦੇ ਕਿਸਾਨ ਨਹੀਂ, ਇਕੱਲੇ ਇਹ ਸਿੱਖ ਕਿਸਾਨ ਨਹੀਂ ਜਾਂ ਹਿੰਦੂ ਕਿਸਾਨ ਜਾਂ, ਇਹ ਸਾਰੇ ਭਾਰਤ ਦੇ ਕਿਸਾਨ ਬੈਠੇ ਨੇ। 500 ਕਿਸਾਨ ਜਥੇਬੰਦੀ ਲੜ ਰਹੀ ਹੈ, ਇਹ ਮਹਿੰਗਾ ਪਊਗਾ ਸਰਕਾਰ ਨੂੰ ਜੇ ਕੋਈ ਇਹੋ ਜਿਹਾ ਸਰਕਾਰ ਸਾਡੇ ਨਾਲ ਪੰਗਾ ਲਊਗੀ। ਅਸੀਂ ਤਿਆਰੀ 'ਚ ਹਾਂ, ਪਰ ਜੇ ਸਰਕਾਰ ਨੇ ਹਮਲਾ ਕਰਨਾ ਸਾਡੇ 'ਤੇ ਦੱਸ ਕੇ ਕਰੇ। ਪਰ ਇੱਕ ਸਮਝ ਲਏ, ਜਿਹੀ ਜੀ ਪਾਕਿਸਤਾਨ ਨਾਲ ਜੰਗ ਲਾ ਲਈ, ਜਿਹੋ ਜਿਹਾ ਸਾਡੇ ਨਾਲ ਪੰਗਾ ਲਾ, ਲੜਾਈ ਫਿਰ ਸਾਡੀ ਪਿੰਡਾਂ 'ਚ ਵਗ ਜਾਣੀ ਹੈ। ਇੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ, ਜਿਹੜੇ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ, ਇਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ, ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ, ਜਿੰਨਾ ਚਿਰ ਸਰਕਾਰ ਰਹੂ ਉਨਾ ਚਿਰ ਤਾਂ ਭਾਵੇਂ ਭਾਰਤ ਦੇ ਵਿੱਚ ਭਾਰਤ ਛੱਡ ਕੇ ਜਾਣਾ ਪਊ ਸਾਰਿਆਂ ਨੂੰ। ਪੇਂਡੂ ਵਰਕਰਾਂ ਨੂੰ ਅਸੀਂ ਆਪਦੇ ਨਾਲ ਲਾ ਹੀ ਲਵਾਂਗੇ, ਉਹਨਾਂ ਨੂੰ ਸਾਡੇ ਭਾਈਚਾਰਾ ਆਪਦੇ ਨਾਲ ਲੱਗ ਜਾਣਗੇ ਸਾਡੇ ਨਾਲ। ਪਰ ਜਿਹੜੇ ਇਹੋ ਜਿਹੇ ਪੂੰਜੀਵਾਦ ਦੇ ਖੜਕ 'ਚ ਖੜ੍ਹਨ ਵਾਲੀਆਂ ਸਰਕਾਰਾਂ, ਉਹ ਪਹਿਲਾਂ ਬਥੇਰੀਆਂ ਆਈਆਂ, ਇੱਥੋਂ ਚਲੀਆਂ ਗਈਆਂ। ਮੈਂ ਦੁਬਾਰਾ ਫਿਰ ਸੰਯੁਕਤ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਦਾ, ਕਿਤੇ ਭੁਲੇਖੇ ਨਾਲ ਸਾਨੂੰ ਛੇੜ ਨਾ ਬੈਠੇ, ਉਲਟਾ ਸਾਡੀਆਂ ਮੰਗਾਂ ਮੰਨੇ। ਅਸੀਂ ਨਾਚ ਸਾਹਮਣ ਗਏ ਹੋਏ ਹਾਂ, 1 ਅਰਬ 30 ਕਰੋੜ ਆਬਾਦੀ ਆ ਭਾਰਤ ਦੇ ਕਿਸਾਨ, ਜੇ ਨਾਚ 'ਤੇ ਲੱਗੇ ਹੋਏ ਨੇ, ਉਹ ਪੂਰੀ ਤਿਆਰੀ, ਜਿਹਨੇ ਇੱਕ ਹਫ਼ਤੇ ਦੇ ਅੰਦਰ ਨਾਚ ਦਾ ਕੰਮ ਸਮਝਣਾ ਅਤੇ ਸਾਰੇ ਕਿਸਾਨਾਂ ਨੇ ਦਰਾਂ 'ਤੇ ਆ ਜਾਣਾ। ਅੱਜ ਵੀ ਬਥੇਰੇ ਕਿਸਾਨ ਨੇ, ਅੱਜ ਸਾਡੀ ਪੂਰਾ ਪੰਡਾਲ ਪੂਰਾ ਭਰਿਆ ਹੋਇਆ, ਕੋਈ ਇਹੋ ਜਿਹੀ ਗੱਲ ਨਹੀਂ। ਟਰਾਲੀਆਂ 'ਚ ਲੋਕ ਬੈਠੇ ਨੇ, ਰਾਸ਼ਨ ਸਾਡੇ ਕੋਲ ਪੂਰਾ, ਪੈਸੇ ਸਾਡੇ ਕੋਲ ਪੂਰੇ। ਸਰਕਾਰ ਸਾਡੇ ਨਾਲ ਪੋਲੇ ਪੈਰੀ ਪੰਗਾ ਨਾ ਲਵੇ, ਜੇ ਲਵੇ ਤਾਂ ਜੱਚ ਕੇ ਪੈਰ ਜਮਾ ਕੇ ਪੰਗਾ ਲਵੇ ਅਤੇ ਸਾਨੂੰ ਦੱਸ ਦੇ ਸਾਡੇ ਪੈਰ ਜੰਮੇ ਹੋਏ ਨੇ, ਅਸੀਂ ਤਿਆਰੀ 'ਚ। ਕੱਲ੍ਹ ਇੱਕ ਅਖਬਾਰ ਦੇ ਵਿੱਚ, ਹਿੰਦੀ ਅਖਬਾਰ ਦੇ ਵਿੱਚ ਖਬਰ ਲੱਗੀ ਹੈਗੀ, ਉਹ ਖਾਸੀ ਪ੍ਰਚਲਿਤ ਵੀ ਖਾਸੀ ਹੋਈ ਹੈ ਅਤੇ ਕਿਸਾਨਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਹੜੇ ਘੱਟ ਚੇਤਨ ਨੇ ਉਹਦੇ ਵਿੱਚ ਦਹਿਸ਼ਤ ਪੈਦਾ ਕੀਤੀ ਆ ਉਹਨੇ। ਜੇ ਉਹ ਖਬਰ ਸੱਚੀ ਹੈ ਤਾਂ ਬਹੁਤ ਗੰਭੀਰ ਖਬਰ ਹੈ, ਸਾਨੂੰ ਗੰਭੀਰਤਾ ਨਾਲ ਲੀਡਰਸ਼ਿਪ ਨੂੰ ਸੋਚਣਾ ਪਊਗਾ। ਜੇ ਖਬਰ ਮਤਲਬ ਊਂ ਹੈਗੀ, ਜੇ ਕਹਦੀ ਆ ਵੀ ਗੰਭੀਰ ਨਹੀਂ ਹੈਗੀ, ਤਾਂ ਇਹੋ ਜਿਹੀ ਖਬਰ ਆਉਣਾ ਤਾਂ ਲੋਕਾਂ 'ਚ ਇੱਕ ਦਹਿਸ਼ਤ ਪੈਦਾ ਕਰਨਾ। ਇਸ ਗੱਲ ਦਾ ਅਖਬਾਰ ਵਾਲਿਆਂ ਨੂੰ, ਖਬਰ ਲਾਉਣ ਵਾਲਿਆਂ ਨੂੰ ਅਤੇ ਸਰਕਾਰ ਨੂੰ, ਪ੍ਰਸ਼ਾਸਨ ਨੂੰ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ। ਜੇ ਇਸ ਗੱਲ 'ਤੇ ਹੈਗਾ ਅਸੀਂ ਪੂਰਾ ਜੇ ਭਾਰਤ ਦੇ ਕਿਸਾਨ ਆਪਦੇ ਘਰਾਂ 'ਚੋਂ ਮੱਥ ਕੇ ਹਾਂ, ਜਿੰਨਾ ਚਿਰ ਸਰਕਾਰ 'ਤੇ ਕਾਨੂੰਨ ਨੇ ਮਤਲਬ ਵਾਪਸ ਲਊਗੀ ਤਾਂ ਸਾਡੀਆਂ ਮੰਗਾਂ ਨੇ ਮੈਨੂੰ, ਸਾਡੀਆਂ ਡੈੱਡ ਬੋਡੀਆਂ ਜਾ ਸਕਦੀਆਂ, ਅਸੀਂ ਵਾਪਸ ਨਹੀਂ ਜਾਵਾਂਗੇ। ਪਰ ਕੱਲ੍ਹ ਦੀ ਸਾਡੀ ਲੀਡਰਸ਼ਿਪ, ਸਾਡੇ ਕਿਸਾਨ ਅਸੀਂ ਬਹੁਤ ਗੰਭੀਰਤਾ ਨਾਲ ਸੋਚ ਰਹੇ ਹਾਂ। ਅੱਜ ਫਿਰ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਅਤੇ ਮੋਦੀ ਨੂੰ ਮੈਂ ਅਤੇ ਖੱਟਰ ਸਰਕਾਰ ਨੂੰ ਦੁਬਾਰੇ ਚੇਤਾਵਨੀ ਦਿੰਦਾ, ਐਵੇਂ ਨਾ ਪੰਗਾ ਲੈ ਲਏ। ਇਹ ਕੋਈ ਇੱਕ ਸਟੇਟ ਦੇ ਕਿਸਾਨ ਨਹੀਂ, ਇਕੱਲੇ ਇਹ ਸਿੱਖ ਕਿਸਾਨ ਨਹੀਂ ਜਾਂ ਹਿੰਦੂ ਕਿਸਾਨ ਜਾਂ, ਇਹ ਸਾਰੇ ਭਾਰਤ ਦੇ ਕਿਸਾਨ ਬੈਠੇ ਨੇ। 500 ਕਿਸਾਨ ਜਥੇਬੰਦੀ ਲੜ ਰਹੀ ਹੈ, ਇਹ ਮਹਿੰਗਾ ਪਊਗਾ ਸਰਕਾਰ ਨੂੰ ਜੇ ਕੋਈ ਇਹੋ ਜਿਹਾ ਸਰਕਾਰ ਸਾਡੇ ਨਾਲ ਪੰਗਾ ਲਊਗੀ। ਅਸੀਂ ਤਿਆਰੀ 'ਚ ਹਾਂ, ਪਰ ਜੇ ਸਰਕਾਰ ਨੇ ਹਮਲਾ ਕਰਨਾ ਸਾਡੇ 'ਤੇ ਦੱਸ ਕੇ ਕਰੇ। ਪਰ ਇੱਕ ਸਮਝ ਲਏ, ਜਿਹੀ ਜੀ ਪਾਕਿਸਤਾਨ ਨਾਲ ਜੰਗ ਲਾ ਲਈ, ਜਿਹੋ ਜਿਹਾ ਸਾਡੇ ਨਾਲ ਪੰਗਾ ਲਾ, ਲੜਾਈ ਫਿਰ ਸਾਡੀ ਪਿੰਡਾਂ 'ਚ ਵਗ ਜਾਣੀ ਹੈ। ਇੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ, ਜਿਹੜੇ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ, ਇਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ, ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ, ਜਿੰਨਾ ਚਿਰ ਸਰਕਾਰ ਰਹੂ ਉਨਾ ਚਿਰ ਤਾਂ ਭਾਵੇਂ ਭਾਰਤ ਦੇ ਵਿੱਚ ਭਾਰਤ ਛੱਡ ਕੇ ਜਾਣਾ ਪਊ ਸਾਰਿਆਂ ਨੂੰ। ਪੇਂਡੂ ਵਰਕਰਾਂ ਨੂੰ ਅਸੀਂ ਆਪਦੇ ਨਾਲ ਲਾ ਹੀ ਲਵਾਂਗੇ, ਉਹਨਾਂ ਨੂੰ ਸਾਡੇ ਭਾਈਚਾਰਾ ਆਪਦੇ ਨਾਲ ਲੱਗ ਜਾਣਗੇ ਸਾਡੇ ਨਾਲ। ਪਰ ਜਿਹੜੇ ਇਹੋ ਜਿਹੇ ਪੂੰਜੀਵਾਦ ਦੇ ਖੜਕ 'ਚ ਖੜ੍ਹਨ ਵਾਲੀਆਂ ਸਰਕਾਰਾਂ, ਉਹ ਪਹਿਲਾਂ ਬਥੇਰੀਆਂ ਆਈਆਂ, ਇੱਥੋਂ ਚਲੀਆਂ ਗਈਆਂ। ਮੈਂ ਦੁਬਾਰਾ ਫਿਰ ਸੰਯੁਕਤ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਦਾ, ਕਿਤੇ ਭੁਲੇਖੇ ਨਾਲ ਸਾਨੂੰ ਛੇੜ ਨਾ ਬੈਠੇ, ਉਲਟਾ ਸਾਡੀਆਂ ਮੰਗਾਂ ਮੰਨੇ। ਅਸੀਂ ਨਾਚ ਸਾਹਮਣ ਗਏ ਹੋਏ ਹਾਂ, 1 ਅਰਬ 30 ਕਰੋੜ ਆਬਾਦੀ ਆ ਭਾਰਤ ਦੇ ਕਿਸਾਨ, ਜੇ ਨਾਚ 'ਤੇ ਲੱਗੇ ਹੋਏ ਨੇ, ਉਹ ਪੂਰੀ ਤਿਆਰੀ, ਜਿਹਨੇ ਇੱਕ ਹਫ਼ਤੇ ਦੇ ਅੰਦਰ ਨਾਚ ਦਾ ਕੰਮ ਸਮਝਣਾ ਅਤੇ ਸਾਰੇ ਕਿਸਾਨਾਂ ਨੇ ਦਰਾਂ 'ਤੇ ਆ ਜਾਣਾ। ਅੱਜ ਵੀ ਬਥੇਰੇ ਕਿਸਾਨ ਨੇ, ਅੱਜ ਸਾਡੀ ਪੂਰਾ ਪੰਡਾਲ ਪੂਰਾ ਭਰਿਆ ਹੋਇਆ, ਕੋਈ ਇਹੋ ਜਿਹੀ ਗੱਲ ਨਹੀਂ। ਟਰਾਲੀਆਂ 'ਚ ਲੋਕ ਬੈਠੇ ਨੇ, ਰਾਸ਼ਨ ਸਾਡੇ ਕੋਲ ਪੂਰਾ, ਪੈਸੇ ਸਾਡੇ ਕੋਲ ਪੂਰੇ। ਸਰਕਾਰ ਸਾਡੇ ਨਾਲ ਪੋਲੇ ਪੈਰੀ ਪੰਗਾ ਨਾ ਲਵੇ, ਜੇ ਲਵੇ ਤਾਂ ਜੱਚ ਕੇ ਪੈਰ ਜਮਾ ਕੇ ਪੰਗਾ ਲਵੇ ਅਤੇ ਸਾਨੂੰ ਦੱਸ ਦੇ ਸਾਡੇ ਪੈਰ ਜੰਮੇ ਹੋਏ ਨੇ, ਅਸੀਂ ਤਿਆਰੀ 'ਚ। ਕੱਲ੍ਹ ਇੱਕ ਅਖਬਾਰ ਦੇ ਵਿੱਚ, ਹਿੰਦੀ ਅਖਬਾਰ ਦੇ ਵਿੱਚ ਖਬਰ ਲੱਗੀ ਹੈਗੀ, ਉਹ ਖਾਸੀ ਪ੍ਰਚਲਿਤ ਵੀ ਖਾਸੀ ਹੋਈ ਹੈ ਅਤੇ ਕਿਸਾਨਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਹੜੇ ਘੱਟ ਚੇਤਨ ਨੇ ਉਹਦੇ ਵਿੱਚ ਦਹਿਸ਼ਤ ਪੈਦਾ ਕੀਤੀ ਆ ਉਹਨੇ। ਜੇ ਉਹ ਖਬਰ ਸੱਚੀ ਹੈ ਤਾਂ ਬਹੁਤ ਗੰਭੀਰ ਖਬਰ ਹੈ, ਸਾਨੂੰ ਗੰਭੀਰਤਾ ਨਾਲ ਲੀਡਰਸ਼ਿਪ ਨੂੰ ਸੋਚਣਾ ਪਊਗਾ। ਜੇ ਖਬਰ ਮਤਲਬ ਊਂ ਹੈਗੀ,
ਜੇ ਕਹਦੀ ਆ ਵੀ ਗੰਭੀਰ ਨਹੀਂ ਹੈਗੀ ਤਾਂ ਇਹੋ ਜਿਹੀ ਖਬਰ ਆਉਣਾ ਤਾਂ ਲੋਕਾਂ 'ਚ ਇੱਕ ਦਹਿਸ਼ਤ ਪੈਦਾ ਕਰਨਾ, ਇਸ ਗੱਲ ਦਾ ਅਖਬਾਰ ਵਾਲਿਆਂ ਨੂੰ ਖਬਰ ਲਾਉਣ ਵਾਲਿਆਂ ਨੂੰ ਅਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ ਜੇ ਇਸ ਗੱਲ 'ਤੇ ਹੈਗਾ। ਅਸੀਂ ਪੂਰਾ ਜੇ ਭਾਰਤ ਦੇ ਕਿਸਾਨ ਆਪਦੇ ਘਰਾਂ 'ਚੋਂ ਮੱਥ ਕੇ ਹਾਂ, ਜਿੰਨਾ ਚਿਰ ਸਰਕਾਰ 'ਤੇ ਕਾਨੂੰਨ ਨੇ ਮਤਲਬ ਵਾਪਸ ਲਊਗੀ ਤਾਂ ਸਾਡੀਆਂ ਮੰਗਾਂ ਨੇ ਮੈਨੂੰ, ਸਾਡੀਆਂ ਡੈੱਡ ਬੋਡੀਆਂ ਜਾ ਸਕਦੀਆਂ, ਅਸੀਂ ਵਾਪਸ ਨਹੀਂ ਜਾਵਾਂਗੇ। ਪਰ ਕੱਲ੍ਹ ਦੀ ਸਾਡੀ ਲੀਡਰਸ਼ਿਪ, ਸਾਡੇ ਕਿਸਾਨ ਅਸੀਂ ਬਹੁਤ ਗੰਭੀਰਤਾ ਨਾਲ ਸੋਚ ਰਹੇ ਹਾਂ। ਅੱਜ ਫਿਰ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਅਤੇ ਮੋਦੀ ਨੂੰ ਮੈਂ ਅਤੇ ਖੱਟਰ ਸਰਕਾਰ ਨੂੰ ਦੁਬਾਰੇ ਚੇਤਾਵਨੀ ਦਿੰਦਾ, ਐਵੇਂ ਨਾ ਪੰਗਾ ਲੈ ਲਏ। ਇਹ ਕੋਈ ਇੱਕ ਸਟੇਟ ਦੇ ਕਿਸਾਨ ਨਹੀਂ, ਇਕੱਲੇ ਇਹ ਸਿੱਖ ਕਿਸਾਨ ਨਹੀਂ ਜਾਂ ਹਿੰਦੂ ਕਿਸਾਨ ਜਾਂ ਇਹ ਸਾਰੇ ਭਾਰਤ ਦੇ ਕਿਸਾਨ ਬੈਠੇ ਨੇ, 500 ਕਿਸਾਨ ਜਥੇਬੰਦੀ ਲੜ ਰਹੀ ਹੈ। ਇਹ ਮਹਿੰਗਾ ਪਊਗਾ ਸਰਕਾਰ ਨੂੰ ਜੇ ਕੋਈ ਇਹੋ ਜਿਹਾ ਸਰਕਾਰ ਸਾਡੇ ਨਾਲ ਪੰਗਾ ਲਊਗੀ। ਅਸੀਂ ਤਿਆਰੀ 'ਚ ਹਾਂ, ਪਰ ਜੇ ਸਰਕਾਰ ਨੇ ਹਮਲਾ ਕਰਨਾ ਸਾਡੇ 'ਤੇ ਦੱਸ ਕੇ ਕਰੇ, ਪਰ ਇੱਕ ਸਮਝ ਲਏ ਜਿਹੀ ਜੀ ਪਾਕਿਸਤਾਨ ਨਾਲ ਜੰਗ ਲਾ ਲਈ, ਜਿਹੋ ਜਿਹਾ ਸਾਡੇ ਨਾਲ ਪੰਗਾ ਲਾ, ਲੜਾਈ ਫਿਰ ਸਾਡੀ ਪਿੰਡਾਂ 'ਚ ਵਗ ਜਾਣੀ ਹੈ। ਇੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ, ਜਿਹੜੇ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ, ਇਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ, ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ, ਜਿੰਨਾ ਚਿਰ ਸਰਕਾਰ ਰਹੂ ਉਨ੍ਹਾਂ ਚਿਰ ਤਾਂ ਭਾਵਾਂ ਭਾਰਤ ਦੇ ਵਿੱਚ ਭਾਰਤ ਛੱਡ ਕੇ ਜਾਣਾ ਪਊ ਸਾਰਿਆਂ ਨੂੰ। ਪੇਂਡੂ ਵਰਕਰਾਂ ਨੂੰ ਅਸੀਂ ਆਪਦੇ ਨਾਲ ਲਾ ਹੀ ਲਵਾਂਗੇ, ਉਹਨਾਂ ਨੂੰ ਸਾਡੇ ਭਾਈਚਾਰਾ ਆਪਦੇ ਨਾਲ ਲੱਗ ਜਾਣਗੇ ਸਾਡੇ ਨਾਲ। ਪਰ ਜਿਹੜੇ ਇਹੋ ਜਿਹੇ ਪੂੰਜੀਵਾਦ ਦੇ ਖੜਕ 'ਚ ਖੜਨ ਵਾਲੀਆਂ ਸਰਕਾਰਾਂ, ਉਹ ਪਹਿਲਾਂ ਬਥੇਰੀਆਂ ਆਈਆਂ, ਇੱਥੋਂ ਚਲੀਆਂ ਗਈਆਂ। ਮੈਂ ਦੁਬਾਰਾ ਫਿਰ ਸੰਯੁਕਤ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਦਾ, ਕਿਤੇ ਭੁਲੇਖੇ ਨਾਲ ਸਾਨੂੰ ਛੇੜ ਨਾ ਬੈਠੇ, ਉਲਟਾ ਸਾਡੀਆਂ ਮੰਗਾਂ ਮੰਨੇ। ਅਸੀਂ ਨਾਚ ਸਾਹਮਣ ਗਏ ਹੋਏ ਹਾਂ, 1 ਅਰਬ 30 ਕਰੋੜ ਵਾਦੀ ਆ ਭਾਰਤ ਦੇ ਕਿਸਾਨ, ਜੇ ਨਾਚ 'ਤੇ ਲੱਗੇ ਹੋਏ ਨੇ, ਉਹ ਪੂਰੀ ਤਿਆਰੀ, ਜਿਹਨੇ ਇੱਕ ਹਫ਼ਤੇ ਦੇ ਅੰਦਰ ਨਾਚ ਦਾ ਕੰਮ ਸਮਝਣਾ ਅਤੇ ਸਾਰੇ ਕਿਸਾਨਾਂ ਨੇ ਦਰਾਂ 'ਤੇ ਆ ਜਾਣਾ। ਅੱਜ ਵੀ ਬਥੇਰੇ ਕਿਸਾਨ ਨੇ, ਅੱਜ ਸਾਡੀ ਪੂਰਾ ਪੰਡਾਲ ਪੂਰਾ ਭਰਿਆ ਹੋਇਆ, ਕੋਈ ਇਹੋ ਜਿਹੀ ਗੱਲ ਨਹੀਂ। ਟਰਾਲੀਆਂ 'ਚ ਲੋਕ ਬੈਠੇ ਨੇ, ਰਾਸ਼ਨ ਸਾਡੇ ਕੋਲ ਪੂਰਾ, ਪੈਸੇ ਸਾਡੇ ਕੋਲ ਪੂਰੇ। ਸਰਕਾਰ ਸਾਡੇ ਨਾਲ ਪੋਲੇ ਪੈਰੀ ਪੰਗਾ ਨਾ ਲਵੇ, ਜੇ ਲਵੇ ਤਾਂ ਜੱਚ ਕੇ ਪੈਰ ਜਮਾ ਕੇ ਪੰਗਾ ਲਵੇ ਅਤੇ ਸਾਨੂੰ ਦੱਸ ਦੇ ਸਾਡੇ ਪੈਰ ਜੰਮੇ ਹੋਏ ਨੇ, ਅਸੀਂ ਤਿਆਰੀ 'ਚ। ਕੱਲ੍ਹ ਇੱਕ ਅਖਬਾਰ ਦੇ ਵਿੱਚ, ਹਿੰਦੀ ਅਖਬਾਰ ਦੇ ਵਿੱਚ ਖਬਰ ਲੱਗੀ ਹੈਗੀ, ਉਹ ਖਾਸੀ ਪ੍ਰਚਲਿਤ ਵੀ ਖਾਸੀ ਹੋਈ ਹੈ ਅਤੇ ਕਿਸਾਨਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਜਿਹੜੇ ਘੱਟ ਚੇਤਨ ਨੇ, ਉਹਦੇ ਵਿੱਚ ਦਹਿਸ਼ਤ ਪੈਦਾ ਕੀਤੀ ਆ ਉਹਨੇ। ਜੇ ਉਹ ਖਬਰ ਸੱਚੀ ਹੈ ਤਾਂ ਬਹੁਤ ਗੰਭੀਰ ਖਬਰ ਹੈ, ਸਾਨੂੰ ਗੰਭੀਰਤਾ ਨਾਲ ਲੀਡਰਸ਼ਿਪ ਨੂੰ ਸੋਚਣਾ ਪਊਗਾ। ਜੇ ਖਬਰ ਮਤਲਬ ਊਂ ਹੈਗੀ, ਜੇ ਕਹਦੀ ਆ ਵੀ ਗੰਭੀਰ ਨਹੀਂ ਹੈਗੀ ਤਾਂ ਇਹੋ ਜਿਹੀ ਖਬਰ ਆਉਣਾ ਤਾਂ ਲੋਕਾਂ 'ਚ ਇੱਕ ਦਹਿਸ਼ਤ ਪੈਦਾ ਕਰਨਾ, ਇਸ ਗੱਲ ਦਾ ਅਖਬਾਰ ਵਾਲਿਆਂ ਨੂੰ, ਖਬਰ ਲਾਉਣ ਵਾਲਿਆਂ ਨੂੰ ਅਤੇ ਸਰਕਾਰ ਨੂੰ, ਪ੍ਰਸ਼ਾਸਨ ਨੂੰ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ ਜੇ ਇਸ ਗੱਲ 'ਤੇ ਹੈਗਾ। ਅਸੀਂ ਪੂਰਾ ਜੇ ਭਾਰਤ ਦੇ ਕਿਸਾਨ ਆਪਦੇ ਘਰਾਂ 'ਚੋਂ ਮੱਥ ਕੇ ਹਾਂ, ਜਿੰਨਾ ਚਿਰ ਸਰਕਾਰ 'ਤੇ ਕਾਨੂੰਨ ਨੇ ਮਤਲਬ ਵਾਪਸ ਲਊਗੀ ਤਾਂ ਸਾਡੀਆਂ ਮੰਗਾਂ ਨੇ ਮੈਨੂੰ, ਸਾਡੀਆਂ ਡੈੱਡ ਬੋਡੀਆਂ ਜਾ ਸਕਦੀਆਂ, ਅਸੀਂ ਵਾਪਸ ਨਹੀਂ ਜਾਵਾਂਗੇ। ਪਰ ਕੱਲ੍ਹ ਦੀ ਸਾਡੀ ਲੀਡਰਸ਼ਿਪ, ਸਾਡੇ ਕਿਸਾਨ ਅਸੀਂ ਬਹੁਤ ਗੰਭੀਰਤਾ ਨਾਲ ਸੋਚ ਰਹੇ ਹਾਂ। ਅੱਜ ਫਿਰ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਅਤੇ ਮੋਦੀ ਨੂੰ ਮੈਂ ਅਤੇ ਖੱਟਰ ਸਰਕਾਰ ਨੂੰ ਦੁਬਾਰੇ ਚੇਤਾਵਨੀ ਦਿੰਦਾ, ਐਵੇਂ ਨਾ ਪੰਗਾ ਲੈ ਲਏ। ਇਹ ਕੋਈ ਇੱਕ ਸਟੇਟ ਦੇ ਕਿਸਾਨ ਨਹੀਂ, ਇਕੱਲੇ ਇਹ ਸਿੱਖ ਕਿਸਾਨ ਨਹੀਂ ਜਾਂ ਹਿੰਦੂ ਕਿਸਾਨ ਜਾਂ ਇਹ ਸਾਰੇ ਭਾਰਤ ਦੇ ਕਿਸਾਨ ਬੈਠੇ ਨੇ, 500 ਕਿਸਾਨ ਜਥੇਬੰਦੀ ਲੜ ਰਹੀ ਹੈ। ਇਹ ਮਹਿੰਗਾ ਪਊਗਾ ਸਰਕਾਰ ਨੂੰ ਜੇ ਕੋਈ ਇਹੋ ਜਿਹਾ ਸਰਕਾਰ ਸਾਡੇ ਨਾਲ ਪੰਗਾ ਲਊਗੀ। ਅਸੀਂ ਤਿਆਰੀ 'ਚ ਹਾਂ, ਪਰ ਜੇ ਸਰਕਾਰ ਨੇ ਹਮਲਾ ਕਰਨਾ ਸਾਡੇ 'ਤੇ ਦੱਸ ਕੇ ਕਰੇ, ਪਰ ਇੱਕ ਸਮਝ ਲਏ ਜਿਹੀ ਜੀ ਪਾਕਿਸਤਾਨ ਨਾਲ ਜੰਗ ਲਾ ਲਈ, ਜਿਹੋ ਜਿਹਾ ਸਾਡੇ ਨਾਲ ਪੰਗਾ ਲਾ, ਲੜਾਈ ਫਿਰ ਸਾਡੀ ਪਿੰਡਾਂ 'ਚ ਵਗ ਜਾਣੀ ਹੈ। ਇੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ, ਜਿਹੜੇ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ, ਇਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ, ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ, ਜਿੰਨਾ ਚਿਰ ਸਰਕਾਰ ਰਹੂ ਉਨ੍ਹਾਂ ਚਿਰ ਤਾਂ ਭਾਵਾਂ ਭਾਰਤ ਦੇ ਵਿੱਚ ਭਾਰਤ ਛੱਡ ਕੇ ਜਾਣਾ ਪਊ ਸਾਰਿਆਂ ਨੂੰ। ਪੇਂਡੂ ਵਰਕਰਾਂ ਨੂੰ ਅਸੀਂ ਆਪਦੇ ਨਾਲ ਲਾ ਹੀ ਲਵਾਂਗੇ, ਉਹਨਾਂ ਨੂੰ ਸਾਡੇ ਭਾਈਚਾਰਾ ਆਪਦੇ ਨਾਲ ਲੱਗ ਜਾਣਗੇ ਸਾਡੇ ਨਾਲ। ਪਰ ਜਿਹੜੇ ਇਹੋ ਜਿਹੇ ਪੂੰਜੀਵਾਦ ਦੇ ਖੜਕ 'ਚ ਖੜਨ ਵਾਲੀਆਂ ਸਰਕਾਰਾਂ, ਉਹ ਪਹਿਲਾਂ ਬਥੇਰੀਆਂ ਆਈਆਂ, ਇੱਥੋਂ ਚਲੀਆਂ ਗਈਆਂ। ਮੈਂ ਦੁਬਾਰਾ ਫਿਰ ਸੰਯੁਕਤ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਦਾ, ਕਿਤੇ ਭੁਲੇਖੇ ਨਾਲ ਸਾਨੂੰ ਛੇੜ ਨਾ ਬੈਠੇ, ਉਲਟਾ ਸਾਡੀਆਂ ਮੰਗਾਂ ਮੰਨੇ। ਅਸੀਂ ਨਾਚ ਸਾਹਮਣ ਗਏ ਹੋਏ ਹਾਂ, 1 ਅਰਬ 30 ਕਰੋੜ ਵਾਦੀ ਆ ਭਾਰਤ ਦੇ ਕਿਸਾਨ, ਜੇ ਨਾਚ 'ਤੇ ਲੱਗੇ ਹੋਏ ਨੇ, ਉਹ ਪੂਰੀ ਤਿਆਰੀ, ਜਿਹਨੇ ਇੱਕ ਹਫ਼ਤੇ ਦੇ ਅੰਦਰ ਨਾਚ ਦਾ ਕੰਮ ਸਮਝਣਾ ਅਤੇ ਸਾਰੇ ਕਿਸਾਨਾਂ ਨੇ ਦਰਾਂ 'ਤੇ ਆ ਜਾਣਾ। ਅੱਜ ਵੀ ਬਥੇਰੇ ਕਿਸਾਨ ਨੇ, ਅੱਜ ਸਾਡੀ ਪੂਰਾ ਪੰਡਾਲ ਪੂਰਾ ਭਰਿਆ ਹੋਇਆ, ਕੋਈ ਇਹੋ ਜਿਹੀ ਗੱਲ ਨਹੀਂ। ਟਰਾਲੀਆਂ 'ਚ ਲੋਕ ਬੈਠੇ ਨੇ, ਰਾਸ਼ਨ ਸਾਡੇ ਕੋਲ ਪੂਰਾ, ਪੈਸੇ ਸਾਡੇ ਕੋਲ ਪੂਰੇ। ਸਰਕਾਰ ਸਾਡੇ ਨਾਲ ਪੋਲੇ ਪੈਰੀ ਪੰਗਾ ਨਾ ਲਵੇ, ਜੇ ਲਵੇ ਤਾਂ ਜੱਚ ਕੇ ਪੈਰ ਜਮਾ ਕੇ ਪੰਗਾ ਲਵੇ ਅਤੇ ਸਾਨੂੰ ਦੱਸ ਦੇ ਸਾਡੇ ਪੈਰ ਜੰਮੇ ਹੋਏ ਨੇ, ਅਸੀਂ